ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਮਿਸ਼ਰਪੁਰਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਬਟਾਲੇ ਦੇ ਨਾਲ ਹੀ ਜਿਹੜਾ ਵੀਰ ਜੀ ਹੋਣਾ ਦਾ ਪਿੰਡ ਆ, ਸਰਬਜੀਤ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਦਿਖਾਉਣੀਆਂ, ਜਿਨ੍ਹਾਂ ਦੇ ਵਿੱਚੋਂ 2 ਸੂਈਆਂ ਅਤੇ 3 ਗੱਪਣਾਂ। ਇੱਕ ਅੱਜ ਤੁਹਾਨੂੰ ਆਇਰਸ਼ਾਇਰ ਵੈਲਡ ਵੀ, ਇੱਕ ਤੁਹਾਨੂੰ ਕਾਫੀ ਖੂਬਸੂਰਤ ਤੁਹਾਨੂੰ ਸੂਈ ਸਵਾਈ ਤੁਹਾਨੂੰ ਦਿਖਾਵਾਂਗੇ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਚਲੋ ਵਧੀਆ, ਕਿਰਪਾ ਚਾਹੀਦੀ ਜੀ। ਤੇ ਨਾਮ ਦੱਸ ਦਿਓ ਕਰੀ। ਨਾਮ ਸਰਬਜੀਤ, ਹਾਂਜੀ, ਮਿਸ਼ਰਪੁਰਾ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਬਟਾਲੇ ਦੇ ਬਿਲਕੁਲ ਨਾਲ ਹੀ ਆ ਪਿੰਡ ਨਾ ਆਪਣਾ। ਬਟਾਲੇ ਨਿਕਲਦੇ ਆ ਜਲੰਧਰ ਵਾਲੇ ਰੋਡ ਤੇ ਭਾਈ, ਪਹਿਲਾ ਪਿੰਡ ਆਪਣਾ ਹੀ ਹੁੰਦਾ ਵਾ। ਤੇ ਮੈਥੇ ਵੱਲੋਂ ਆਉਂਦੇ ਆ ਲਾਸਟ ਪਿੰਡ। ਠੀਕ ਹੈ ਜੀ। ਤੇ ਫੋਨ ਨੰਬਰ ਬੋਲ ਦਿਓ ਕਰੀ। ਨੰਬਰ 77176449। ਠੀਕ ਆ। ਤੇ ਮੰਡੀ ਮਾਰਨਾ ਫਿਰ? ਫਿਰ ਮੰਡੀ ਹੁਣ ਤਾਂ ਘੁੰਮ ਫੇਰ ਆਵਾਂਗੇ, ਮਾਲ ਮਹਿੰਗਾ ਮੁੰਗਿਆ ਭਾਈ ਬੜਾ ਜੀ। ਅੱਛਾ, ਘੁੰਮਣ ਮਤਲਬ ਦਰਸ਼ਨ ਮੇਲਾ ਕਰ ਆਓਗੇ? ਮੇਲਾ ਕਰਾਵਾਂ, ਪਿਛਲੀ ਦੀ ਖੜਿਆ ਮਾਲ ਵੇਚਿਆ ਹੈ। ਤੇ ਮਾਲ ਆਰ ਕੀ ਵੇਚਣ ਲਈ ਨਹੀਂ ਖੜਨਾ? ਹਾਂ, ਵੇਚਣ ਜਾਣੀ। ਠੀਕ ਹੈ। ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ, ਪਹਿਲੇ ਨੰਬਰ ਤੇ ਜਿਹੜੀ ਵੈੜ ਕਾਫੀ ਖੂਬਸੂਰਤ ਆ, ਥਾਣੇ ਦੇ ਕਰੀ ਲਾਗੇ ਤਾਂ ਦੇਖ ਸਕਦੇ ਜੀ। ਸੀਲ ਬੜੀ ਵੱਛੀ ਭਾਈ। ਠੀਕ ਆ। ਚੁਆਈ ਚੁਈ ਇੱਕ ਨੰਬਰ ਵੈੜ ਦੀ। ਕਿੰਨਾ ਚਿਰ ਹੋਇਆ ਵਿਧੀ ਨਾ ਸੂਈ ਨੂੰ? ਇਹ ਸੂਈ ਨੂੰ ਅੱਜ 10 12 ਦਿਨ ਹੋ ਗਏ ਭਾਈ। ਤੇ ਸੂਆ ਕਿੰਨਾ ਅੱਜ? ਸੂਆ ਪਹਿਲਾਂ ਜੇ 4 10 ਦੇ ਜੇ ਉਸ। ਅੱਛਾ। ਤੇ ਬੱਚਾ ਕੀ ਹੈ ਤੇ ਮਗਰ? ਬੱਚਾ ਮੱਛਾ ਜੀ ਮਗਰ। ਕਿੰਨਾ ਦੁੱਧ ਤਿਆਰ ਕਰ ਗਈ ਜੀ? ਤਿਆਰ ਦੁੱਧ ਦੇ 17 ਕਿਲੋ ਜੀ। ਤਿਆਰ? ਬਿਲਕੁਲ ਬਿਲਕੁਲ ਤਿਆਰ ਹੈ ਜੀ, ਭਾਵੇਂ 3 ਡੰਗ ਹੋ ਚੁਆਲੇ। ਕਿੰਨਾ ਖਿਚਵਾਈ ਜਾਊਗੀ? 20 ਕਿਲੋ ਦੁੱਧ ਵਸੀ ਚੁਆਲੀ ਦਾ। ਤੋਰੋ ਹਾਂ ਫਿਰ ਇੱਕ ਕਰੀ ਨਾ। 17 ਲੀਟਰ ਦੁੱਧ ਜਿਹੜਾ ਮੌਕੇ ਤੇ ਇਹਦੇ ਕੋਲ ਤਿਆਰ ਦੱਸਦੇ ਆ। ਬਾਕੀ ਕਲਰ ਬੜਾ ਪਿਆਰਾ ਹੁੰਦਾ ਇਹਨਾਂ ਵੈੜਾਂ ਦਾ, ਦੇਖ ਸਕਦੇ। ਐਰ ਸ਼ਹਿਰ ਦੀਆਂ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਪੂਰੀਆਂ ਵਾ, ਦੰਦੇ ਦੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਿਓਰ ਚੌਕੀ ਜੇ ਹੈਗੀ, ਪਿਓਰ 4 ਦੰਦ ਆ, ਸਾਈਡ ਵਾਲੇ ਦੰਦ ਆ ਜੇ ਉਸ ਤਰ੍ਹਾਂ ਹੀ ਆ ਜਿਹੜੇ। ਇੱਧਰੋਂ ਕਰੇ ਅੱਗੇ ਘੁਮਾ ਲਿਆ ਵੀ ਜੀ ਫਿਰ ਤਾਂ। ਹਾਂ, ਦੇਖ ਸਕਦੇ ਕਾਫੀ ਖੂਬਸੂਰਤ ਵੈੜ ਲੈ ਜਾਓ ਜੀ। ਲੈ ਜਾਓ ਦੁੱਧ ਮੌਕੇ ਤੇ ਜਿਹੜਾ ਵਾ, 17 ਲੀਟਰ ਤਿਆਰ ਦੱਸਦੇ। ਤੇ ਮੂੰਹਾਂ ਪਿਓਰ 4 ਦੰਦ ਆ, ਸੂਆ ਇਹਦਾ ਪਹਿਲਾ ਹੀ ਆ। ਤੇ ਦੁੱਧ ਦੀ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਆ, ਅਸੀਂ ਕਿਸੇ ਵੀ ਪਸ਼ੂ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ। ਤੇ ਕਿੰਨਾ ਰੱਖਣਾ ਵੀਰ ਜੀ ਇਹਦਾ ਫਿਰ ਮੁੱਲ? ਆਪਾਂ ਮੁੱਲ ਵੀ ਜੀ ਬਾਜ਼ਾਰ ਦੇ ਹਿਸਾਬ ਨਾਲ ਵਸੀ ਬੜੇ ਰੁਪਈਆਂ ਦੀ ਜੀ, ਮੁੱਲ ਕਰਨ ਨੂੰ ਤਾਂ 65,000 ਕਰ ਲਈ ਆਪਾਂ। ਹਾਂਜੀ, 51,000 ਦੀ ਵਿੱਚ ਬੈਠ ਲੈਣੀ। 58,000 ਦੀ, ਬਾਕੀ ਵਿੱਚ ਛੋਟ ਛੋਟ ਕਰ ਦੋਗੇ? 2,000 ਰੁਪਈਆ ਕਰ ਦਾਂਗੇ। ਠੀਕ ਹੈ ਜੀ। ਸੀਲ ਬੜੀ ਆ। ਠੀਕ ਆ। ਚਵਾਈ ਚਵੀ ਮਛੀ ਦੀ ਇੱਕ ਨੰਬਰ ਹੈ। ਠੀਕ ਹੈ ਜੀ। ਥਾਣਾ ਵੀ ਪ੍ਰੋਪਰ ਹੱਥ 'ਚ ਆਉਣ ਵਾਲਾ ਵਾ ਜਿਹੜਾ। ਤੇ ਆਹ ਵੀ ਸੂਈ ਸਵਾਈ ਜੇ? ਇਹ ਵੀ ਸੂਈ ਜੇ। ਥਾਣਾ ਇਹਦੇ ਵੀ ਲੱਗ ਰਿਹਾ ਦੇਖ ਸਕਦੇ। 4 ਦਿਨ ਹੋ ਗਏ ਸੂਈ ਨੂੰ ਅੱਜ। 4 ਦਿਨ ਸੂਈ ਨੂੰ ਹੋ ਗਏ ਆ, ਬੱਚੇ ਦਾ ਤਾਂ ਤੁਹਾਨੂੰ ਦਿਖਾਈ ਦੀ ਹੈ। ਇਹਦੀ ਕਾਲੀ ਵੱਛੀ ਜੇ, ਆਹ ਵਾਲੀ ਜਿਹੜੀ ਹੁਣ ਤੁਹਾਨੂੰ ਦਿਖਾਉਣੀ, ਤਾਜ਼ਾ ਹੀ ਆ ਬੱਚਾ ਵੀ, ਤੇ ਪਹਿਲੇ ਨੰਬਰ ਵਾਲੀ ਦਾ ਇਹ ਬੱਚਾ ਜੇ। ਤੇ ਇਹਦੇ ਕੋਲ ਵੀਰ ਜੀ ਕਿੰਨਾ ਇਹ ਦੁੱਧ ਤਿਆਰ? ਇਹਦੇ ਕੋਲ ਦੁੱਧ ਹੋਊਗਾ ਵੀਰ ਜੀ ਇਸ ਵੇਲੇ ਤੋਂ 15 ਕਿਲੋ 16 ਕਿਲੋ ਦੁੱਧ ਤਿਆਰ ਜੀ। ਤਿਆਰ ਜਿਹੜਾ ਬਿਲਕੁਲ ਦੁੱਧ 18 ਕਿਲੋ ਹੋਊ, 15 16 ਤਾਂ ਦੱਸ ਦੇਗੀ। ਕਿੰਨਾ ਕਿ ਚਵਾਈ ਜਾਊਗੀ ਇਹ ਦੁੱਧ? ਭਾਜੀ ਇਹ 23 ਕਿਲੋ ਗਾਂ ਨੇ ਚਵਾਇਆ ਜੀ। ਅੱਛਾ। ਹਾਂ, 25 ਕਿਲੋ ਦੁੱਧ ਚਵਾ ਦੂੰਗਾ। ਤੋਰੋ ਹਾਂ ਫਿਰ ਇੱਕ ਕਰੀ ਨੂੰ। ਬਾਕੀ ਚੰਗੇ ਖੁੱਲੇ ਸਨ ਹਵਾਨੇ ਦੀ ਮਾਲਕ ਆ ਜਿਹੜੀ ਇਹ ਵੀ।
ਹਾਂ ਦੇਖ ਸਕਦੇ ਜੀ, ਥੱਲਿਆ ਚੰਗੀ ਤਿਆਰ ਹੋਈ ਆ। ਹੈਗੀ ਵੀ ਜਰਸੀ ਕਰੋਸ 'ਚ ਆ, ਗਰਮੀ ਹੁਣ ਸਾਰੀਆਂ ਗਰਮੀ ਵਾਲੀਆਂ ਹੀ ਆ, ਜਵੈੜਾਂ ਵਿੱਚ ਇਹਨਾਂ ਕੋਲ ਗਰਮੀਆਂ 'ਚ ਚੱਲਣ ਵਾਲੀਆਂ ਵਾ ਜਿਹੜੀਆਂ। ਤੇ ਕਿੰਨਾ ਰੱਖਣਾ ਵੀ ਜੀ ਇਹਦਾ ਫਿਰ ਮੁੱਲ ਆਪਾਂ? ਜੀ ਇਹਦਾ ਵੀ ਮੁੱਲ ਜਾਇਜ਼ ਹੀ ਹੈ ਵੈਸੇ ਹੀ, ਕਿੰਨਾ ਮੁੱਲ? 55,000 ਆ। ਹਾਂਜੀ, 2,000 ਰੁਪਏ ਛੋੜ ਕਰ ਦਾਂਗੇ। ਅੱਛਾ, 53,000 ਦੀ ਦੇ ਦੇ, ਬਾਕੀ ਕੋ ਫੋਨ ਲਾਵੇ ਮਾਨਤਰ ਮੁੱਕ ਤੇ ਹੋ ਜਾਓ। ਠੀਕ ਹੈ, ਬਾਕੀ ਵਿਸਾਖੀ ਮੇਲੇ ਦੇ ਇਹੋ ਜਿਹਾ ਗਾਵਾਂ ਦਾ 80,000 ਰੁਪਏ ਭਾਜੀ ਮੰਗਦੇ। ਠੀਕ ਹੈ, ਇਹ ਆ ਕਿ ਮੰਡੀ ਕੋਈ ਸਾਰੀ ਘੁੰਮ ਆਵੇ, ਸਾਰੀ ਮੰਡੀ ਘੁੰਮ ਕੇ ਫੇਰ ਮੇਰਾ ਭਰਾ ਆਵੇ ਤੇ ਫੇਰ ਇੱਥੇ ਮਾਲ ਵੇਖਣਾ ਜੀ। ਮੰਡੀ ਦਾ ਵੀ ਇੱਥੇ ਮਹਾ ਅੱਧੇ ਪੌਣੇ ਪੌਣੇ ਘੰਟੇ ਦਾ ਰਾਹ ਹੋਣਾ ਵਾ, ਅੱਧੇ ਪੌਣੇ ਘੰਟੇ ਦਾ ਰਸਤਾ ਸਿਰਫ। ਠੀਕ ਹੈ ਜੀ, ਤੇ ਹੁਣ ਗੱਭਣਾ ਆ ਗਿਆ ਹਨਾ, ਇਹਦੀ ਬੋਡੀ ਦੀ ਸ਼ਾਈਨ ਬੜੀ ਪਿਆਰੀ ਆ ਜਿਹੜੀ। ਠੀਕ ਆ, ਇਹ ਕਿੰਨੇ ਕੁ ਦੁੱਧ ਵਾਲੀ ਜੇ? ਇਹ ਭਾਜੀ 20 ਪਲੱਸ ਵਾਲੀ ਜੇ ਬੱਚੀ। ਤੋਰੋ ਫਿਰ ਇਹਨਾਂ ਨੂੰ ਖਾਣੇ, ਦੇਖ ਸਕਦੇ ਇਹਦੇ ਵੀ ਲੱਗੇ ਤਾਂ ਕੌਣ ਸੀਲ ਵੇ, ਖਾਣੇ ਤੇ ਵੀ ਨਾੜਾਂ ਜਿਹੜੀਆਂ ਚੰਗੀਆਂ। ਤੋਰ ਦੋ ਜੀ, ਬਾਕੀ ਭਾਰੀ ਵੈੜ ਆ ਜਿਹੜੀ, ਇਹ ਵੀ ਚੰਗੇ ਕੱਦ ਵਜਨ ਵਾਲੀ ਆ। ਹਾਂ ਦੇਖ ਸਕਦੇ ਠੰਡੀ ਧੀਰੀ ਆ ਜਿਹੜੀ। ਤੇ ਵੀਰ ਜੀ ਇਹਦਾ ਕੀ ਫਿਰ ਮੁੱਲ ਰੱਖਣਾ ਜੀ ਆਪਾਂ? ਇਹਦਾ ਵੀ ਜੀ ਜਾਇਜ਼ ਹੀ ਮੁੱਲ, ਕਿੰਨਾ ਕੁ? ਬਾਜ਼ਾਰ ਦੇ ਹਿਸਾਬ ਨਾਲ 80-90,000 ਰੁਪਏ ਮੰਗਦੇ ਇਹ ਜੀ ਵਛੀ ਦਾ। ਹਾਂਜੀ, ਮੈਂ ਕਹਿੰਦੀ 65,000 ਦੀ ਵਛੀ ਦਾਂਗੇ 2,000। ਅੱਛਾ, 65 ਚੋਂ 2 ਛੱਡ ਦੋਗੇ ਇਹਦਾ ਵੀ, 63,000 ਦੀ ਦੇ ਦੋਗੇ, 63,000 ਦੀ ਦੇ ਦੋਗੇ। ਬਾਕੀ ਚਲੋ ਕੋਈ ਵੈੜਾ ਇੱਥੇ ਆ ਕੇ ਵੇਖ ਕੇ ਪਸੰਦ ਕਰੇ, ਪਸੰਦ ਆਊਗੀਆਂ ਸਾਰੀਆਂ ਗਰਮੀ ਵਾਲੀਆਂ। ਹਾਂਜੀ ਹਾਂਜੀ, ਵਛੀ 20 ਪਲੱਸ ਆਰਾਮ ਨਾਲ ਦੁੱਧ ਕੱਢ, ਠੰਡੀਆਂ ਧੀਰੀਆਂ ਵਾਂ ਜਿਹੜੀਆਂ। ਥਾਣਾ ਹੁਣ ਇਹਦੇ ਵੀ ਲਾਗੇ ਤੋਂ ਦੇਖ ਸਕਦੇ ਜੇ ਤੁਸੀਂ, ਕਾਫੀ ਕਮਾਲ ਦਾ ਥਾਣਾ ਜਿਹੜਾ ਇਹਦਾ ਵੀ। ਇਹ 10 ਦਿਨ ਖੜਦੀ ਆ। ਇਹ ਕਿੰਨੇ ਕੁ ਦੁੱਧ ਵਾਲੀ ਜੇ? ਇਹਨੇ ਭਾਜੀ 18 ਕਿਲੋ ਦੁੱਧ ਕਾਣੇ ਚ ਆਇਆ ਯਾਰ, ਤੇ ਦੂਜਾ ਸੁਭਾ ਹੈ। ਤੋਰੋ ਹੈ ਕਰੀ ਨਾ ਫਿਰ। ਬਾਕੀ ਕੱਦ ਕਾਠ ਪੱਖੋਂ ਇਹ ਵੀ ਠੀਕ ਹੈ, ਹੈਗੀ ਇਹ ਵੀ ਕਰੋਸ 'ਚ, ਥਣ ਬੜਾ ਲਾਜਵਾਬ ਆ ਜਿਹੜਾ ਇਹਦਾ, ਥਣ ਇਹਦਾ ਬਹੁਤ ਪਿਆਰਾ। ਲੈ ਜਾਓ ਜੀ, ਤੇ ਇਹਦਾ ਮੁੱਲ ਵੀਰ ਜੀ ਫਿਰ? ਇਹਦਾ ਮੁੱਲ ਵੀਰ ਜੀ ਜਾਇਜ਼ ਹੀ ਹੈ ਬਿਲਕੁਲ, ਕਿੰਨਾ ਕੁ? ਮੁੱਲ ਇਹਦਾ 50,000 ਰੁਪਇਆ। ਅੱਛਾ, 2,000 ਰੁਪਇਆ ਛੋੜ ਕਰ ਦਾਂਗੇ, 48,000 ਦੀ ਦੇ ਦੋ। ਠੀਕ ਹੈ ਜੀ, ਤੇ ਹੁਣ ਇੱਕ ਆ ਗੱਭਣ ਜੇ, ਇਹ ਗੱਭਣ ਜੇ, ਇਹ ਕਿੰਨੇ ਕੁ ਦੁੱਧ ਵਾਲੀ ਆ? ਇਹ ਵੀ ਭਾਜੀ 20 ਪਲੱਸ ਵਾਲੀ ਜੀ, ਬਹੁਤ ਚੰਗੀ ਆ, ਤਿਆਰ ਆ ਹਨਾ ਇਹ ਵੀ, ਇਹ ਥੋੜਾ ਟਾਈਮ ਹੀ ਖੜੂਗੀ ਜੀ, ਪੰਜ-ਚਾਰ ਦਿਨ ਤੋਰਾ ਹੋਇਆ ਕਰੀ ਨਾ। ਬਾਕੀ ਇਹਦਾ ਇਹ ਬਾਕੀਆਂ ਨਾਲ ਸਰੀਰਾਂ ਥੋੜੀ ਹੌਲੀ ਆ, ਬਾਕੀਆਂ ਨਾਲ ਇਹਦਾ ਕੱਦ ਦਾ ਥੋੜਾ ਜਿਹਾ ਫਰਕ ਆ।
ਬਾਕੀ ਥੱਲਿਓ ਚੰਗੀ ਤਿਆਰ ਹੁੰਦੀ ਹੈ ਵੀ, ਬਹੁਤ ਚੰਗੀ ਗਾਂ ਭਾਜੀ, ਸਫਾਈਆਂ ਜੀ ਆ ਕਾਫੀ ਹੈ ਵੀ। ਇੱਕ ਮਿੰਟ ਵਿੱਚ ਜੀ ਰੋਕੇ ਦੇ, ਸਾਨੂੰ ਦਿਖਾ ਦਈਏ ਆਪਾਂ ਲਾਗੇ ਤਾਂ। ਹਾਂ ਦੇਖ ਸਕਦੇ ਜੀ ਹਵਾਨੇ ਅਤੇ ਨਾੜਾਂ, ਥਣਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ। ਲੈ ਜਾਓ ਜੀ, ਮਿਲਕਮੇਨ ਵੀ ਚੰਗੀ ਲੱਗੀ ਆ। ਅਤੇ ਇਹਦਾ ਵੀਰ ਜੀ ਕਿੰਨਾ ਰੱਖੀਏ ਫਿਰ ਮੁੱਲ ਆਪਾਂ? ਇਹਦਾ ਮੁੱਲ ਵੀਰ ਜੀ ਬਿਲਕੁਲ ਜਾਇਜ਼ ਜੀ, ਬਿਲਕੁਲ ਜਾਇਜ਼। ਕਿੰਨਾ ਕੁ? ਹਾਂ ਮੁੱਲ 50,000 ਰੁਪਈਆ, 46,000 ਦੀ ਬੈਠ ਜਾਂਦਾ। ਅੱਛਾ 46,000 ਦੀ ਦੇ ਦੋਗੇ, ਚਲੋ ਛੋਟ ਛਾਟ ਮੌਕੇ 'ਤੇ ਹੋਰ ਕਰ ਦੋਗੇ? ਮੌਕੇ 'ਤੇ 1,000 ਰੁਪਈਆ ਛੋਟ ਕਰਾਂਗੇ ਇਹਦੇ ਵਿੱਚ। ਠੀਕ ਹੈ, 45,000 ਠੀਕ ਹੈ। ਅੱਜ ਲਗਭਗ ਸਾਰੀਆਂ 20+ ਵਾਲੀਆਂ ਹੀ ਆ, 20+ ਵਾਲੀਆਂ, ਬਾਕੀ ਸਾਰੀ ਮੰਡੀ ਕੋ ਮੇਰਾ ਭਰਾ ਫਿਰ ਲੇ। ਅੱਛਾ, ਤੇ ਫਿਰ ਮੈਨੂੰ ਦੱਸ ਦੇ ਵੀ ਠੀਕ ਹੈ ਮੁੱਲ ਜਾਇਜ਼ ਆ ਕਿ ਨਹੀਂ ਕਰਦੇ। ਠੀਕ ਹੈ ਜੀ, ਤੇ ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ? ਬਸ ਇਹੋ ਹੀ ਆ ਕਿ ਜਿਹੜੇ ਵੀਰ ਭਰਾ ਨੇ ਮਾਲ ਲੈਣਾ ਆਪਣੀ ਤਸੱਲੀ ਕਰਕੇ ਖੜੇ ਨਾ, ਮਾਲੀ ਨਾ ਕਰਿਆ ਕਰੋ। ਹਾਂਜੀ ਹਾਂਜੀ, ਬਾਕੀ ਇੱਕ ਚੀਜ਼ ਹੋਰ ਵੀ ਆ, ਕਿਤੋਂ ਵੀ ਮਾਲ ਲੈਂਦੇ ਜੀ, ਹਾਂਜੀ, ਤੇ ਮਤਲਬ ਅਗਲੇ ਦੀ ਨਰਕ ਪਰਖ ਪੂਰੀ ਕਰਿਆ ਕਰੋ, ਬੰਦਾ ਕਿੱਥੋਂ ਦਾ ਵਾ। ਹਾਂਜੀ ਹਾਂਜੀ, ਕਿਹੜੇ ਬੰਦੇ ਦੇ ਚੈਨਲ ਤੇ ਵੀਡੀਓ ਪਈ ਆ। ਹਾਂਜੀ ਹਾਂਜੀ, ਕਿਉਂਕਿ ਠੱਗੀ ਦਾ ਸ਼ਿਕਾਰ ਬਹੁਤ ਮੇਰੇ ਵੀਰ ਭਰਾ ਹੋਏ ਨੇ ਜਿਨ੍ਹਾਂ ਨੂੰ ਨਹੀਂ ਪਤਾ। ਬਾਕੀ ਜਿਹੜੇ ਪੱਕੇ ਬੰਦੇ ਆ ਜਿਨ੍ਹਾਂ ਦੇ, ਤੇ ਉਹਨਾਂ ਦਾ ਤੇ ਤੁਸੀਂ ਲੈ ਸਕਦੇ ਜਿਸ ਤਰ੍ਹਾਂ ਮਰਜ਼ੀ, ਉਹਨਾਂ ਦਾ ਲੈ ਸਕਦੇ। ਜਿਹੜੀ ਪਤਾ ਗੱਲ ਕੀ ਆ, ਆ ਹੁਣ ਪਿੱਛੇ ਜੇ ਆਪਣੇ ਸੱਜਣ ਨੇ ਠੱਗੀ ਹੋ ਗਈ ਫੇਰ। ਹਾਂਜੀ ਹਾਂਜੀ, ਹੈ ਕਿ ਨਹੀਂ? ਉਹ ਮੱਝਾਂ ਕਿਸੇ ਹੋਰ ਦੀਆਂ ਵੀਡੀਓ ਵਿਖਾ ਗਿਆ, 70-80 ਦੀ ਪੈਸੇ ਉਹਨਾਂ ਦੇ ਵੀ ਗਲਤ ਕੰਮ ਨੀ ਕੋਈ ਵੀ ਹੁੰਦਾ, ਜਿਹਨਾਂ ਤੇ ਰੋਜ਼ ਲਗਾਤਾਰ ਵੀਡੀਓ ਪੈਂਦੀਆਂ। ਹਾਂਜੀ ਹਾਂਜੀ, ਜਾਂ ਅਸੀਂ ਬਣਾਉਂਦੇ ਜਾਂ ਹੋਰ ਵੀ ਜਿਹੜੇ ਵੀਰ ਪੱਕੇ ਜਿਹਨਾਂ ਦੇ ਪੱਕੇ ਕੰਮ ਆ, ਉਹਨਾਂ ਦੇ ਜਿਹੜੇ ਵੀਰ ਭਰਾ ਨੇ ਲੈਣੀ ਆਪਣੀ ਤਸੱਲੀ ਤਸੱਲੀ ਕਰਕੇ ਵੇਚ ਆ ਕੇ ਖੜੋ, ਹਨਾ, ਪੈਸਿਆਂ ਦਾ ਕੰਮ ਆ, ਸਾਹ ਵਾਲੀ ਚੀਜ਼ ਆ। ਹਾਂਜੀ ਹਾਂਜੀ, ਆਪਣੀ ਤਸੱਲੀ ਮੇਰਾ ਵੀਰ, ਕੋਈ ਵੀ ਸੱਜਣ ਵੇਲੇ ਕਿਤੋਂ ਵੀ ਮਾਲ ਲੈਣਾ ਇਹ ਵੀ ਸਾਡੇ ਕੋਲ ਲੈਣਾ। ਠੀਕ ਹੈ ਜੀ, ਪੂਰੀ ਨੱਕ ਪਰ ਕਰਿਆ ਕਰੋ, ਸੀਲ ਠੰਡੀ ਖਾ ਲਿਆ ਕਰੋ। ਬਾਕੀ ਜਿਹੜੀ ਆ ਸੂਈਆਂ ਦੀ ਆਪਣੀ ਚਵਾਈ ਕਰਕੇ ਖੜੋ, ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।